ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅੰਗਦ ਦੇਵ ਜੀ। ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਨੂੰ ਪਿੰਡ ਮਤੇ ਦੀ ਸਰਾਏ ਭਾਈ ਫੇਰੂ ਮੱਲ ਜੀ ਦੇ ਘਰ ਹੋਇਆ। ਉਹਨਾਂ ਦਾ ਨਾਮ ਮਾਤਾ ਪਿਤਾ ਨੇ ਲੈਣਾ ਰੱਖਿਆ। ਉਹਨਾਂ ਦੇ ਪਿਤਾ ਚੰਗੇ ਪੜ੍ਹੇ ਲਿਖੇ ਸਨ ਅਤੇ ਫਿਰੋਜ਼ਪੁਰ ਦੇ ਹਾਕਮ ਦੇ ਖਜ਼ਾਨਚੀ ਸਨ। ਇਸ ਲਈ ਉਹਨਾਂ ਨੇ ਹੀ ਭਾਈ ਲੈਣਾ ਜੀ ਨੂੰ ਉੱਚੀ ਵਿੱਦਿਆ ਦਿੱਤੀ। 15 ਸਾਲਾਂ ਦੀ ਉਮਰ ਵਿੱਚ ਉਹਨਾਂ ਦੀ ਸ਼ਾਦੀ ਖਡੂਰ ਪਿੰਡ ਵਿੱਚ ਬੀਬੀ ਖੀਵੀ ਨਾਲ ਕਰ ਦਿੱਤੀ ਗਈ। ਬਾਬਰ ਦੇ ਹਮਲਿਆਂ ਨਾਲ ਪਿੰਡ ਮਤੇ ਦੀ ਸਰਾਏ ਉਜੜ ਗਿਆ। ਉਹਨਾਂ ਦੇ ਪਿਤਾ ਨੇ 1524 ਵਿੱਚ ਖਡੂਰ ਜਾ ਕੇ ਇੱਕ ਦੁਕਾਨ ਕਰ ਲਈ। ਭਾਈ ਲੈਣਾ ਜੀ ਵੈਸ਼ਨੋ ਦੇਵੀ ਦੇ ਭਗਤ ਸਨ। ਹਰ ਸਾਲ ਉਹ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਵੈਸ਼ਨੋ ਦੇਵੀ ਜਾਂਦੇ ਸਨ। 1526 ਵਿੱਚ ਪਿਤਾ ਦੇ ਦੇਹਾਂਤ ਹੋ ਜਾਣ ਪਿੱਛੋਂ ਭਾਈ ਲੈਣਾ ਜੀ ਨੇ ਪਿੰਡ ਵਾਲਿਆਂ ਨੂੰ ਦੇਵੀ ਮਾਤਾ ਦੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਭਾਈ ਜੋਧ ਖਡੂਰ ਪਿੰਡ ਦੇ ਰਹਿਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਸੀ। ਭਾਈ ਲੈਣਾ ਜੀ ਨੇ ਪਹਿਲੀ ਵਾਰੀ ਭਾਈ ਜੋਧ ਜੀ ਪਾਸੋਂ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੁਣੇ। ਭਾਈ ਲੈਣਾ ਜੀ ਦੇ ਮਨ ਵਿੱਚ ਆਪਣੀ ਬੋਲੀ ਵਿੱਚ ਪਰਮਾਤਮਾ ਦੀ ਸਿਫਤ ਦੇ ਸ਼ਬਦ ਘਰ ਕਰ ਗਏ। ਉਹਨਾਂ ਕਰਤਾਰਪੁਰ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਫੈਸਲਾ ਕਰ ਲਿਆ। ਭਾਈ ਲੈਣਾ ਜੀ ਦੇਵੀ ਦੇ ਦਰਸ਼ਨਾਂ ਲਈ ਜਦੋਂ ਜਾਂਦੇ ਹੋਏ ਕਰਤਾਰਪੁਰ ਰੁਕੇ, ਉਹ ਆਪਣੇ ਸਾਥੀਆਂ ਨੂੰ 10 ਘੋੜੇ ਉੱਪਰ ਸਵਾਰ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਪਿੰਡ ਵੱਲ ਨੂੰ ਚੱਲ ਪਏ। ਅੱਗੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਖੇਤਾਂ ਤੋਂ ਵਾਪਸ ਆਉਂਦੇ ਪਿੰਡ ਵੱਲ ਜਾਂਦੇ ਮਿਲ ਪਏ। ਭਾਈ ਲੈਣਾ ਜੀ ਨੇ ਉਹਨਾਂ ਪਾਸੋਂ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਦਾ ਰਸਤਾ ਪੁੱਛਿਆ। ਉਹ ਨਹੀਂ ਸਨ ਜਾਣਦੇ ਕਿ ਜਿਹਦੇ ਕੋਲੋਂ ਉਹ ਰਸਤਾ ਪੁੱਛ ਰਹੇ ਨੇ ਉਹ ਆਪ ਹੀ ਬਾਬਾ ਨਾਨਕ ਹਨ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਤੁਸੀਂ ਮੇਰੇ ਪਿੱਛੇ ਪਿੱਛੇ ਆ ਜਾਵੋ, ਮੈਂ ਵੀ ਉਸ ਧਰਮਸ਼ਾਲਾ ਵਿੱਚ ਜਾਣਾ ਹੈ। ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾ ਦੇ ਦਰਵਾਜ਼ੇ ਅੱਗੇ ਪੁੱਜ ਕੇ ਭਾਈ ਲੈਣਾ ਜੀ ਨੂੰ ਕਿਹਾ, ਤੁਸੀਂ ਘੋੜੀ ਇਸ ਕਿਲੇ ਨਾਲ ਬੰਨ੍ਹ ਕੇ ਇਸ ਦਰਵਾਜ਼ੇ ਰਾਹੀਂ ਅੰਦਰ ਚਲੇ ਜਾਓ। ਭਾਈ ਲਹਿਣਾ ਜੀ ਨੇ ਅੰਦਰ ਜਾ ਕੇ ਦੇਖਿਆ ਕਿ ਧਰਮਸ਼ਾਲਾ ਦਾ ਰਸਤਾ ਦਿਖਾਉਣ ਵਾਲਾ ਤਾਂ ਉਹੀ ਸੀ ਜਿਸ ਨੂੰ ਮੈਂ ਮਿਲਣ ਆਇਆ ਹਾਂ। ਭਾਈ ਲਹਿਣਾ ਜੀ ਮੱਥਾ ਟੇਕ ਕੇ ਇੱਕ ਪਾਸੇ ਬੈਠ ਗਏ ਅਤੇ ਸੋਚਣ ਲੱਗੇ ਕਿ ਮੇਰੇ ਕੋਲੋਂ ਇਹ ਭੁੱਲ ਸੀ ਜੋ ਮੈਂ ਘੋੜੀ ਉੱਪਰ ਸਵਾਰ ਸੀ ਅਤੇ ਗੁਰੂ ਨਾਨਕ ਦੇਵ ਜੀ ਪੈਦਲ ਸਨ। ਇਹਨਾਂ ਸੋਚਾਂ ਵਿੱਚ ਡੁੱਬੇ ਹੋਏ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ, ਭਾਈ ਤੇਰਾ ਨਾਮ ਕੀ ਹੈ? ਲਹਿਣਾ ਜੀ ਨੇ ਉੱਤਰ ਦਿੱਤਾ, ਮੇਰਾ ਨਾਮ ਲਹਿਣਾ ਹੈ ਅਤੇ ਪਿੰਡ ਦੇ ਲੋਕਾਂ ਦਾ ਜੱਥਾ ਦੇਵੀ 'ਤੇ ਲੈ ਕੇ ਜਾ ਰਿਹਾ ਹਾਂ। ਗੁਰੂ ਜੀ ਨੇ ਕਿਹਾ, ਭਾਈ ਲਹਿਣਾ ਜੀ, ਇਸ ਦੁਨੀਆਂ 'ਤੇ ਦੇਵੀ ਦੇਵਤੇ ਜਿਸ ਪਾਸੋਂ ਲੈ ਕੇ ਦਿੰਦੇ ਨੇ ਉਹ ਮਾਲਕ ਦੀ ਸੇਵਾ ਕਰਨੀ ਸ਼ੋਭਦੀ ਹੈ। ਲਹਿਣਾ ਜੀ ਨੇ ਗੁਰੂ ਸਾਹਿਬ ਨੂੰ ਆਪਣੇ ਸਾਰੇ ਸ਼ੰਕੇ ਦੱਸੇ ਅਤੇ ਗੁਰਬਾਣੀ ਅਨੁਸਾਰ ਇੱਕ ਪਰਮਾਤਮਾ ਦੀ ਮਹਿਮਾ ਸਮਝੀ। ਭਾਈ ਲਹਿਣਾ ਜੀ ਨੇ ਗੁਰੂ ਜੀ ਦੇ ਸ਼ਬਦ ਸੁਣ ਕੇ ਦੇਵੀ ਦੇ ਦਰਸ਼ਨਾਂ ਦਾ ਖਿਆਲ ਮਨ ਵਿੱਚੋਂ ਸਦਾ ਲਈ ਤਿਆਗ ਦਿੱਤਾ। ਉਹਨਾਂ ਨੇ ਨਾਲ ਆਏ ਜੱਥੇ ਨੂੰ ਕਹਿ ਦਿੱਤਾ, ਮੈਨੂੰ ਦੇਵੀ 'ਤੇ ਜਾਣ ਦੀ ਲੋੜ ਨਹੀਂ ਰਹੀ, ਜੋ ਕੁਝ ਮੈਨੂੰ ਚਾਹੀਦਾ ਸੀ ਉਹ ਮੈਨੂੰ ਮਿਲ ਗਿਆ। ਇਸ ਸਾਖ ਤੋਂ ਅਸੀਂ ਸਮਝਿਆ ਕਿ ਭਾਈ ਲਹਿਣਾ ਜੀ ਨੇ ਆਪਣੀ ਪਿਛਲੀ ਜ਼ਿੰਦਗੀ ਦੇ ਕਰਮ ਸੱਚੇ ਗੁਰੂ ਦੇ ਮਿਲਾਪ ਤੋਂ ਬਾਅਦ ਇੱਕ ਝਟਕੇ ਵਿੱਚ ਬਦਲ ਦਿੱਤੇ। ਸਿੱਖ ਬਣਨ ਦੀ ਤਾਂ ਨਿਸ਼ਾਨੀ ਹੀ ਇਹ ਹੈ ਕਿ ਉਹ ਇੱਕ ਪਰਮਾਤਮਾ ਦੇ ਆਸਰੇ ਤੋਂ ਬਿਨਾਂ ਕਿਸੇ ਦੇਵੀ ਦੇਵਤੇ, ਸ਼ਨੀ, ਗੁਰੂ ਦਮ ਜਾਂ ਡੇਰੇਦਾਰ ਵੱਲ ਧਿਆਨ ਨਹੀਂ ਕਰਦਾ।
ਖਡੂਰ ਸਾਹਿਬ ਵਿਖੇ ਜੋਗੀਆਂ ਦਾ ਇੱਕ ਮਜ਼ਬੂਤ ਮੱਠ ਸੀ, ਜਿੱਥੇ ਇਸ ਮੱਠ ਦਾ ਇੰਚਾਰਜ ਇੱਕ ਜੋਗੀ ਸ਼ਿਵਨਾਥ ਸੀ। ਜਦੋਂ ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਦਾ ਇੱਕ ਮਜ਼ਬੂਤ ਕੇਂਦਰ ਬਣਾ ਕੇ ਗੁਰਮਤਿ ਮਾਰਤੰਡ ਦੀਆਂ ਕਿਰਨਾਂ ਬਿਖੇਰੀਆਂ, ਇਹ ਜੋਗੀ ਆਪਣੇ ਮਤ ਦੇ ਥੋਥੇਪਨ ਨੂੰ ਮੁੱਖ ਰੱਖ ਕੇ ਕਿਤੇ ਬਾਹਰ ਚਲਾ ਗਿਆ। ਜੋਗੀ ਦਾ ਡੇਰਾ ਖਾਲੀ ਜਿਹਾ ਹੋ ਗਿਆ। ਕਈ ਮਹੀਨੇ ਜੋਗੀ ਵਾਪਸ ਨਾ ਪਰਤਿਆ। ਇੱਕ ਦਿਨ ਭੌਂਦਿਆਂ ਭਟਕਦਿਆਂ ਜੋਗੀ ਫਿਰ ਖਡੂਰ ਸਾਹਿਬ ਆ ਗਿਆ। ਉਸ ਦੇ ਕ੍ਰੋਧੀ ਸੁਭਾਅ ਤੋਂ ਹਰ ਕੋਈ ਜਾਣੂ ਸੀ। ਗੁਰੂ ਸਾਹਿਬ ਦੇ ਖਡੂਰ ਸਾਹਿਬ ਵਿੱਚ ਆਉਣ ਤੋਂ ਪਹਿਲਾਂ ਉਸ ਦਾ ਨਗਰ ਵਿੱਚ ਬਹੁਤ ਦਬਦਬਾ ਬਣਿਆ ਹੋਇਆ ਸੀ, ਪਰ ਗੁਰੂ ਸਾਹਿਬ ਦੀ ਆਮਦ ਕਾਰਨ ਖਡੂਰ ਸਾਹਿਬ ਦੇ ਲੋਕਾਂ ਨੇ ਗੁਰੂ ਅੰਗਦ ਦੇਵ ਜੀ ਦੇ ਮਹਾਨ, ਮਿੱਠੀ, ਪਿਆਰੀ ਸ਼ਖਸੀਅਤ ਅਤੇ ਸਿੱਖਿਆ ਤੋਂ ਬਹੁਤ ਪ੍ਰਭਾਵਿਤ ਹੋ ਚੁੱਕੇ ਸਨ। ਖਡੂਰ ਸਾਹਿਬ ਦੇ ਲੋਕਾਂ ਨੇ ਜੋਗੀ ਸ਼ਿਵਨਾਥ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਅਤੇ ਕਿਸੇ ਨੇ ਵੀ ਉਸ ਦੀ ਵਾਟ ਨਾ ਪੁੱਛੀ। ਜੋਗੀ ਗੁਰੂ ਅੰਗਦ ਦੇਵ ਜੀ ਨਾਲ ਬਹੁਤ ਈਰਖਾ ਖਾਣ ਲੱਗ ਪਿਆ। ਉਹ ਕਿਸੇ ਐਸੇ ਮੌਕੇ ਦੀ ਤਲਾਸ਼ ਵਿੱਚ ਸੀ ਜਦ ਉਹ ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਖੜੀ ਕਰ ਸਕੇ। ਕਰਨੀ ਕਰਤਾਰ ਦੀ ਕਿ ਉਸ ਸਾਲ ਮੀਂਹ ਉੱਕਾ ਹੀ ਨਾ ਪਿਆ। ਕਿਸਾਨਾਂ ਦੀ ਖੇਤੀ ਮੀਂਹ ਆਸ ਰਹੀ ਸੀ। ਭਾਦਰੋਂ ਵੀ ਸੁੱਕਾ ਲੰਘਦਾ ਜਾ ਰਿਹਾ ਸੀ। ਮੀਂਹ ਨਾ ਪੈਣ ਕਰਕੇ ਕਿਸਾਨ ਦੁਖੀ ਸਨ। ਹਰੇ ਖੇਤ ਵੀ ਸੁੱਕਣ ਲੱਗ ਪਏ। ਮੀਂਹ ਤਾਂ ਰੱਬ ਦੀ ਖੇਡ ਹੈ, ਕਦੇ ਪਹਿਲਾਂ ਵਰਸ ਪੈਂਦਾ ਹੈ, ਕਦੇ ਪਿੱਛੋਂ, ਕਦੇ ਬਹੁਤ ਵੱਧ ਅਤੇ ਕਦੇ ਬਹੁਤ ਘੱਟ। ਜੋਗੀ ਨੇ ਮੌਕੇ ਦਾ ਫਾਇਦਾ ਉਠਾਉਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਲੋਕਾਂ ਨੂੰ ਕਹਿਣ ਲੱਗਾ, ਮੀਂਹ ਕਿਵੇਂ ਪਵੇ, ਤੁਹਾਡੇ ਪਾਪਾਂ ਦਾ ਫਲ ਤਾਂ ਆਖਿਰ ਮਿਲਣਾ ਹੀ ਸੀ। ਸ਼ਾਸਤਰਾਂ ਦੀ ਮਰਿਆਦਾ ਤੋੜ ਕੇ ਤੁਸੀਂ ਸਾਨੂੰ ਬ੍ਰਹਮਚਾਰੀ ਸਾਧੂਆਂ ਨੂੰ ਛੱਡ ਕੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਬਣਾ ਲਿਆ ਹੈ, ਜੋ ਕਿ ਇੱਕ ਗ੍ਰਹਿਸਥੀ ਬਾਲ ਬੱਚੇਦਾਰ ਹੈ। ਗੁਰੂ ਤਾਂ ਕੇਵਲ ਅਸੀਂ ਬਣ ਸਕਦੇ ਹਾਂ। ਸਾਨੂੰ ਛੱਡ ਕੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਮੰਨਣ ਨਾਲ ਇਹ ਦੁੱਖ ਤਾਂ ਪ੍ਰਗਟ ਹੋਣਾ ਹੀ ਸੀ। ਹੋਰ ਕਹਿਣ ਲੱਗਾ, ਜੇ ਗੁਰੂ ਜੀ ਇੰਨੇ ਹੀ ਕਲਾਵਾਨ ਹਨ ਤਾਂ ਫਿਰ ਉਹਨਾਂ ਨੂੰ ਕਹੋ ਮੀਂਹ ਪਵਾ ਦੇਣ। ਜੋਗੀ ਇੰਨਾ ਜ਼ਿਆਦਾ ਅੱਗੇ ਵੱਧ ਗਿਆ ਕਿ ਕਹਿਣ ਲੱਗਾ, ਤੁਸੀਂ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਵਿੱਚੋਂ ਬਾਹਰ ਕੱਢ ਦਿਓ, ਮੈਂ ਆਪੇ ਮੀਂਹ ਪਵਾ ਦੇਵਾਂਗਾ। ਪਿੰਡ ਦੇ ਕੁਝ ਦੁਖੀ ਕਿਸਾਨ ਜੋਗੀ ਸ਼ਿਵਨਾਥ ਦੀਆਂ ਗੱਲਾਂ ਵਿੱਚ ਆ ਗਏ ਅਤੇ ਗੁਰੂ ਜੀ ਪਾਸ ਗਏ ਅਤੇ ਕਹਿਣ ਲੱਗੇ, ਜਾਂ ਤਾਂ ਮੀਂਹ ਪਵਾ ਦਿਓ ਜਾਂ ਨਗਰ ਛੱਡ ਦਿਓ। ਗੁਰੂ ਸਾਹਿਬ ਨੇ ਤਾਂ ਸਦਾ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਹੀ ਸਿੱਖਿਆ ਦਿੱਤੀ ਸੀ। ਇਹੋ ਸਿਧਾਂਤ ਤਾਂ ਧਰਮ ਅਤੇ ਭਗਤੀ ਦਾ ਮੂਲ ਤੱਤ ਹੈ। ਲੋਕਾਂ ਦੇ ਭਰਮ ਨੂੰ ਜੜੋਂ ਕੱਟਣ ਲਈ ਜਦੋਂ ਗੁਰੂ ਜੀ ਨੇ ਖਡੂਰ ਸਾਹਿਬ ਛੱਡ ਦਿੱਤਾ ਅਤੇ ਭੈਰੋ ਵੱਲ ਆਦਿਕ ਤੋਂ ਹੁੰਦੇ ਹੋਏ ਖਾਨ ਰਜ਼ਾਈ ਦੀ ਜੂ ਵਿੱਚ ਜਾ ਡੇਰਾ ਲਾਇਆ। ਇਹਨਾਂ ਦਿਨਾਂ ਵਿੱਚ ਗੁਰੂ ਅਮਰਦਾਸ ਜੀ, ਜਿਨ੍ਹਾਂ ਨੇ ਅੱਗੇ ਚੱਲ ਕੇ ਸਿੱਖਾਂ ਦੇ ਤੀਸਰੇ ਗੁਰੂ ਬਣਨਾ ਸੀ, ਉਹ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਕਿਸੇ ਕੰਮ ਲਈ ਆਪਣੇ ਪਿੰਡ ਬਾਸਰ ਕੇ ਗਏ ਹੋਏ ਸਨ। ਖਡੂਰ ਸਾਹਿਬ ਵਾਪਸ ਆ ਕੇ ਜਦੋਂ ਹਾਲਾਤ ਦੇਖੇ ਤਾਂ ਗੁਰੂ ਜੀ ਦੰਗ ਰਹਿ ਗਏ ਅਤੇ ਬਹੁਤ ਦੁਖੀ ਹੋਏ। ਗੁਰੂ ਅੰਗਦ ਦੇਵ ਜੀ ਜਿਹੀ ਧਰਮ, ਪਰਉਪਕਾਰ ਅਤੇ ਰੱਬੀ ਪਿਆਰ ਦੀ ਸ਼ਖਸੀਅਤ ਮੂਰਤ ਨੂੰ ਨਾਲ ਈਰਖਾ ਕਰਕੇ ਨਿਰਾਦਰ ਕਰਨ ਵਾਲੇ ਜੋਗੀ ਸ਼ਿਵਨਾਥ ਨਾਲ ਸਹੀ ਢੰਗ ਨਾਲ ਨਿਬੜਨ ਦਾ ਗੁਰੂ ਜੀ ਨੇ ਫੈਸਲਾ ਕਰ ਲਿਆ। ਸੱਚਾ ਗੁਰੂ ਸਿੱਖ ਆਪਣੇ ਗੁਰੂ ਪਾਤਸ਼ਾਹ ਦਾ ਅਨਾਦਰ ਕਿਵੇਂ ਸਹਿਣ ਕਰ ਸਕਦਾ ਹੈ?
ਗੁਰੂ ਅਮਰਦਾਸ ਜੀ ਇਹ ਗੱਲ ਵੀ ਭਲੀ ਭਾਂਤੀ ਸਮਝਦੇ ਸਨ ਕਿ ਜੋਗੀ ਸ਼ਿਵਨਾਥ ਲੋਕਾਂ ਨੂੰ ਸੱਚ ਧਰਮ ਦਾ ਉਪਦੇਸ਼ ਦੇਣ ਦੀ ਜਗ੍ਹਾ ਵਹਿਮਾਂ ਭਰਮਾਂ ਵਿੱਚ ਭਟਕਾਏਗਾ ਅਤੇ ਇਸ ਤਰ੍ਹਾਂ ਉਹਨਾਂ ਦਾ ਆਤਮਿਕ ਜੀਵਨ ਵੀ ਬਰਬਾਦ ਕਰ ਦੇਵੇਗਾ। ਜੋਗੀ ਦੀਆਂ ਗੱਲਾਂ ਵਿੱਚ ਲਗਭਗ ਸਾਰਾ ਨਗਰ ਹੀ ਕੁਰਾਹੇ ਪਿਆ ਹੋਇਆ ਸੀ। ਅਜਿਹੇ ਹਾਲਾਤ ਵਿੱਚ ਅਮਰਦਾਸ ਜੀ ਦੀ ਜਗ੍ਹਾ ਜੇ ਕੋਈ ਹੋਰ ਹੁੰਦਾ ਤਾਂ ਵਿਰੋਧੀਆਂ ਦੀ ਗਿਣਤੀ ਨੂੰ ਦੇਖ ਕੇ ਜ਼ਰੂਰ ਹੀ ਘਬਰਾ ਜਾਂਦਾ। ਗੁਰੂ ਜੀ ਨਗਰ ਦੇ ਹਰ ਮੁਖੀ ਨੂੰ ਮਿਲੇ, ਆਪਣੇ ਮਿੱਠੇ ਬਚਨਾਂ ਨਾਲ ਉਹਨਾਂ ਦੀ ਅੰਤਰਾਤਮਾ ਨੂੰ ਝਿਚੋੜ ਸੁੱਟਿਆ। ਹੁਣ 8 ਦਿਨਾਂ ਤੋਂ ਵੀ ਵੱਧ ਸਮਾਂ ਹੋ ਚੁੱਕਾ ਸੀ, ਪਰ ਮੀਂਹ ਨਹੀਂ ਸੀ ਪਿਆ। ਕਿਸਾਨਾਂ ਅਤੇ ਨਗਰ ਵਾਸੀਆਂ ਰਾਹੀਂ ਗੁਰੂ ਅਮਰਦਾਸ ਜੀ ਨੇ ਸ਼ਿਵਨਾਥ ਨੂੰ ਸਿੱਧੀ ਗੱਲ ਕਹਿ ਦਿੱਤੀ ਕਿ ਹੁਣ ਉਹ ਆਪਣੀ ਕਰਾਮਾਤ ਨਾਲ ਵਰਖਾ ਪਾ ਕੇ ਦੱਸੇ, ਨਹੀਂ ਤਾਂ ਆਪਣੀ ਈਰਖਾ ਅਤੇ ਮੰਦ ਕਰਮਾਂ ਦਾ ਫਲ ਭੁਗਤਣ ਲਈ ਤਿਆਰ ਹੋਵੇ। ਜੋਗੀ ਸ਼ਿਵਨਾਥ ਦਾ ਵਰਖਾ ਕਰਨ ਦਾ ਤੁੱਕਾ ਨਾ ਲੱਗ ਸਕਿਆ, ਪਰ ਉਹ ਲੋਕਾਂ ਦੇ ਤਾਨੇ ਮੇਣੇ ਨਾ ਸਹਾਰਦਾ ਹੋਇਆ ਬਹਾਨੇਬਾਜ਼ੀਆਂ ਕਰਨ ਲੱਗ ਪਿਆ। ਪਿੰਡ ਵਾਸੀ ਹੁਣ ਗੁੱਸੇ ਵਿੱਚ ਕਾਬੂ ਤੋਂ ਬਾਹਰ ਆ ਗਏ। ਉਹਨਾਂ ਨੇ ਸ਼ਿਵਨਾਥ ਨੂੰ ਖਿੱਚਾ ਤੂਹੀ ਕਰਕੇ ਐਸਾ ਘਸੀਟਿਆ ਕਿ ਉਹ ਚੜ੍ਹਾਈ ਕਰ ਗਿਆ। ਕਰਨੀ ਕਰਤਾਰ ਦੀ ਇਸ ਸਮੇਂ ਖਡੂਰ ਸਾਹਿਬ ਆਸਮਾਨ 'ਚ ਬੱਦਲ ਛਾ ਗਏ ਅਤੇ ਰਜਮੀ ਵਰਖਾ ਹੋਈ। ਸੂਰਜ ਅਸਤ ਹੋਣ ਤੋਂ ਪਹਿਲਾਂ ਹੀ ਜੱਟ ਖਿੱਚਾ ਤੂਹੀ ਕਰਕੇ ਸ਼ਿਵਨਾਥ ਦੇ ਮੁਰਦਾ ਸਰੀਰ ਨੂੰ ਆਪਣੇ ਖੇਤਾਂ ਵਿੱਚ ਘਸੀਟਣ ਲੱਗ ਪਏ। ਇਸ ਉਪਰੰਤ ਪਿੰਡ ਵਾਸੀਆਂ ਨੇ ਗੁਰੂ ਅੰਗਦ ਦੇਵ ਜੀ ਤੋਂ ਆਪਣੀ ਗਲਤੀ ਦੀ ਮਾਫ਼ੀ ਮੰਗੀ ਅਤੇ ਉਹਨਾਂ ਨੂੰ ਖਡੂਰ ਸਾਹਿਬ ਵਿਖੇ ਲੈ ਆਏ। ਇਸ ਸਾਖੀ ਤੋਂ ਇੱਕ ਹੋਰ ਗੱਲ ਪੱਕੀ ਹੋ ਜਾਂਦੀ ਹੈ ਕਿ ਪਖੰਡੀ ਬਾਬੇ ਹਰ ਸਮੇਂ ਤਾਕ ਵਿੱਚ ਰਹਿੰਦੇ ਹਨ ਕਿ ਆਮ ਜਨਤਾ ਜਦੋਂ ਕਿਸੇ ਆਰਥਿਕ ਜਾਂ ਸਮਾਜਿਕ ਤੰਗੀ ਕਰਕੇ ਪਰੇਸ਼ਾਨ ਹੋਵੇ ਤਾਂ ਉਹਨਾਂ ਨੂੰ ਭਰਮਾਂ ਵਿੱਚ ਪਾ ਕੇ ਸ਼ੋਸ਼ਣ ਕਿਵੇਂ ਕਰ ਸਕੀਏ। ਇਸ ਲਈ ਲੋਕ ਅੱਜ ਵੀ ਘਰਾਂ ਵਿੱਚ ਅਗਰ ਕੋਈ ਔਲਾਦ ਨਾ ਹੋਵੇ ਜਾਂ ਨੌਕਰੀ, ਵਪਾਰ, ਸ਼ਾਦੀ ਜਾਂ ਬਿਮਾਰੀ ਕਾਰਨ ਪਰੇਸ਼ਾਨੀ ਹੋਵੇ ਝੱਟ ਹੀ ਆਪਣਾ ਇਮਾਨ ਤਿਆਗ ਦਿੰਦੇ ਹਨ ਅਤੇ ਬਾਬਿਆਂ ਦੇ ਚੱਕਰਾਂ ਵਿੱਚ ਫਸ ਕੇ ਧਾਗੇ, ਤਵੀਤ, ਟੂਣੇ, ਟੇਵੇ ਜਾਂ ਗਿਣਤੀਆਂ ਕਰਕੇ ਪਾਠ ਕਰਕੇ ਇਹੋ ਜਿਹੇ ਹੋਰ ਕਰਮ ਕਾਂਡ ਕਰਨ ਲੱਗ ਪੈਂਦੇ ਹਨ। ਪਰ ਸਿੱਖ ਨੂੰ ਹਮੇਸ਼ਾ ਰੱਬ ਦੀ ਰਜ਼ਾ ਵਿੱਚ ਰਹਿੰਦੇ ਹੋਏ ਆਪਣੇ ਗੁਰੂ 'ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ। ਲੰਗਰ ਦੀ ਮਰਿਆਦਾ ਦਾ ਮੁੱਢ ਤਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿੱਚ ਹੀ ਬੰਨ ਦਿੱਤਾ ਸੀ, ਪਰ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ ਇਸ ਨੂੰ ਹੋਰ ਅਹਿਮੀਅਤ ਦਿੱਤੀ। ਲੰਗਰ ਵਾਸਤਵ ਵਿੱਚ ਵਰਨ ਆਸ਼ਰਮ ਮਤ ਵੱਲੋਂ ਪ੍ਰਚਾਰੇ ਊਚ ਨੀਚ ਅਤੇ ਭੇਦਭਾਵ ਨੂੰ ਮਾਰ ਮੁਕਾਉਣ ਦੀ ਸਭ ਨਾਲੋਂ ਜ਼ਿਆਦਾ ਅਸਰਦਾਇਕ ਸਾਬਤ ਹੋਈ। ਲੰਗਰ ਵਿੱਚ ਸਭ ਲੋਕ ਇੱਕ ਪੰਗਤ ਦੇ ਵਿੱਚ ਆਪਸ ਵਿੱਚ ਬਰਾਬਰ ਬਰਾਬਰ ਹੋ ਕੇ ਬੈਠਦੇ ਸਨ ਅਤੇ ਕਿਸੇ ਵੀ ਜਾਤ ਨਾਲ ਕੋਈ ਉਚੇਚਾ ਸਲੂਕ ਨਹੀਂ ਸੀ ਕੀਤਾ ਜਾਂਦਾ ਅਤੇ ਇਸੇ ਤਰ੍ਹਾਂ ਲੰਗਰ ਤਿਆਰ ਕਰਨ ਲਈ ਹਰ ਇੱਕ ਬੰਦਾ ਸ਼ਾਮਿਲ ਹੋ ਸਕਦਾ ਸੀ। ਕੇਵਲ ਸਫਾਈ ਦੇ ਨਿਯਮਾਂ ਦਾ ਪਾਲਣ ਅਤੇ ਸ਼ਰਧਾ ਭਾਵਨਾ ਦੀ ਜ਼ਰੂਰਤ ਸੀ। ਲੰਗਰ ਦੀ ਮਰਿਆਦਾ ਕਾਰਨ ਸਿੱਖਾਂ ਵਿੱਚ ਆਪਣੀ ਕਿਰਤ ਕਮਾਈ ਦਾ ਦਸਵੰਧ ਕੱਢਣ ਦੀ ਕਿਰਤ ਪੈਣੀ ਸ਼ੁਰੂ ਹੋ ਗਈ। ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖੀਵੀ ਜੀ ਹੀ ਲੰਗਰ ਦਾ ਸਭ ਪ੍ਰਬੰਧ ਚਲਾਉਂਦੇ ਸੀ। ਉਹ ਸਦਾ ਲੰਗਰ ਦੀ ਸੇਵਾ ਵਿੱਚ ਰੁੱਝੇ ਰਹਿੰਦੇ ਸੀ।
ਲੰਗਰ ਪੂਰੀ ਸਫਾਈ ਅਤੇ ਸ਼ਰਧਾ ਨਾਲ ਤਿਆਰ ਕੀਤਾ ਜਾਂਦਾ ਸੀ। ਇਸ ਲੰਗਰ ਵਿੱਚ ਘਿਓ ਵਾਲੀ ਖੀਰ ਮਾਤਾ ਖੀਵੀ ਜੀ ਵੱਲੋਂ ਵਰਤਾਏ ਜਾਣ ਦਾ ਇਤਿਹਾਸ ਵਿੱਚ ਪੂਰਾ ਜ਼ਿਕਰ ਹੈ। ਲੰਗਰ ਇੱਕ ਹੋਰ ਬਹੁਤ ਵੱਡੀ ਸਮਾਜਿਕ ਲੋੜ ਨੂੰ ਪੂਰਾ ਕਰਦਾ ਸੀ। ਲੋੜਵੰਦ ਅਤੇ ਅਸਮਰੱਥ ਅੰਗਹੀਣ ਲੋਕ ਇੱਜ਼ਤ ਨਾਲ ਪ੍ਰਸ਼ਾਦ ਛਕਦੇ ਸਨ। ਇਸ ਤੋਂ ਇਲਾਵਾ ਪਰਦੇਸੀਆਂ, ਮੁਸਾਫਿਰਾਂ ਅਤੇ ਬਾਹਰੋਂ ਆਏ ਗੁਰੂ ਘਰ ਦੇ ਸ਼ਰਧਾਲੂਆਂ ਦੀ ਜ਼ਰੂਰਤ ਵੀ ਪੂਰੀ ਕਰਦਾ ਸੀ। ਲੰਗਰ ਦੀ ਮਰਿਆਦਾ ਨਾਲ ਸਿੱਖਾਂ ਵਿੱਚ ਆਪਣੇ ਮਤ ਅਤੇ ਸੁਤੰਤਰ ਵਿਲੱਖਣ ਅਤੇ ਸੰਪੂਰਨ ਹੋਣ ਦੀ ਚੇਤਨਾ ਦਾ ਵਿਕਾਸ ਹੋਇਆ, ਜਿਸਨੇ ਇਸ ਮਤ ਦੇ ਪੈਰੋਕਾਰਾਂ ਵਿੱਚ ਆਪਣੀ ਆਜ਼ਾਦ ਹਸਤੀ ਦਾ ਖਿਆਲ ਪੈਦਾ ਕੀਤਾ। ਗੁਰੂ ਅੰਗਦ ਦੇਵ ਜੀ ਇਸ ਗੱਲ ਨੂੰ ਭਲੀ ਭਾਂਤੀ ਸਮਝਦੇ ਸਨ ਕਿ ਮਜ਼ਬੂਤ ਅਤੇ ਅਰੋਕ ਸਰੀਰ ਵਿੱਚ ਹੀ ਤਕੜਾ ਮਨੋਵਿਕਾਸ ਕਰ ਸਕਦਾ ਹੈ। ਜੇ ਸਰੀਰ ਤਕੜਾ ਹੋਵੇਗਾ ਤਾਂ ਉਸ ਰਾਹੀਂ ਅਸੀਂ ਸੇਵਾ ਕਰ ਸਕਾਂਗੇ ਅਤੇ ਸਿਮਰਨ ਵਿੱਚ ਵੀ ਚਿੱਤ ਜੋੜ ਸਕਾਂਗੇ। ਗੁਰੂ ਅੰਗਦ ਦੇਵ ਜੀ ਇਸੀ ਆਸ਼ੇ ਨਾਲ ਖਡੂਰ ਸਾਹਿਬ ਵਿਖੇ ਮੱਲ ਅਖਾੜਾ ਕਾਇਮ ਕੀਤਾ। ਉੱਥੇ ਰੋਜ਼ਾਨਾ ਗੁਰੂ ਅਤੇ ਸਿੱਖਾਂ ਨੂੰ, ਖਾਸ ਕਰਕੇ ਬੱਚਿਆਂ ਨੂੰ ਕੁਸ਼ਤੀਆਂ ਕਰਵਾਉਂਦੇ ਸਨ। ਸਵੇਰ ਦੇ ਦੀਵਾਨ ਪਿੱਛੋਂ ਮੱਲ ਅਖਾੜੇ ਵਿੱਚ ਰੋਜ਼ਾਨਾ ਕਸਰਤ ਕੀਤੀ ਜਾਂਦੀ ਸੀ। ਗੁਰਮਤ ਪ੍ਰਚਾਰ ਦੇ ਹਰ ਕੇਂਦਰ ਨਾਲ ਘੋਲ ਘੁਲਣ ਅਤੇ ਕਸਰਤ ਕਰਨ ਲਈ ਅਖਾੜੇ ਸਨ। ਸਿੱਖਾਂ ਵਿੱਚ ਸਰੀਰਕ ਮਜ਼ਬੂਤੀ ਅਤੇ ਲਾਜਵਾਬ ਫੌਜੀ ਕਾਬਲੀਅਤ ਦਾ ਜੋ ਅਥਾਂ ਬਲ ਮਗਰਲੇ ਇਤਿਹਾਸ ਵਿੱਚ ਨਜ਼ਰੀ ਪੈਂਦਾ ਹੈ, ਉਹ ਸਭ ਕਾਸੇ ਦੀਆਂ ਆਰੰਭਕ ਜਮਾਤਾਂ ਮੱਲ ਅਖਾੜਾ ਹੀ ਸੀ। ਮਨ ਦੀ ਮਜ਼ਬੂਤੀ ਲਈ ਬਾਣੀ ਅਤੇ ਸਤਸੰਗ ਵੱਡੇ ਸਾਧਨ ਸਨ, ਪਰ ਮਜ਼ਬੂਤ ਮਨ ਦੇ ਟਿਕਣ ਲਈ ਮਜ਼ਬੂਤ ਸਰੀਰ ਦੀ ਸਿਰਜਣਾ ਸਰੀਰਕ ਕਸਰਤ ਨਾਲ ਹੀ ਹੋ ਸਕਦੀ ਹੈ। ਇਸ ਸਾਖੀ ਰਾਹੀਂ ਸਿੱਖਾਂ ਵਿੱਚ ਲੰਗਰ ਦਾ ਉਦੇਸ਼ ਸਮਝ ਵਿੱਚ ਆਉਂਦਾ ਹੈ। ਜਾਤ ਪਾਤ, ਊਚ ਨੀਚ, ਮਰਦ ਔਰਤ ਆਦਿ ਦੇ ਭੇਦਭਾਵ ਹਟਾ ਕੇ ਲੋੜਵੰਦਾਂ ਦੀ ਸੇਵਾ ਕਰਨਾ ਹੈ। ਉਸਦੇ ਨਾਲ ਨਾਲ ਸਿੱਖਾਂ ਦੇ ਜੀਵਨ ਵਿੱਚ ਕਸਰਤ ਵੀ ਡੇਲੀ ਰੂਟੀਨ ਦਾ ਹਿੱਸਾ ਹੋਣਾ ਚਾਹੀਦਾ ਹੈ। ਸਿੱਖ ਬੱਚਿਆਂ ਨੂੰ ਖਾਸ ਕਰਕੇ ਵੱਖ ਵੱਖ ਖੇਡਾਂ ਕੋਰਸਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। 20 ਅਪ੍ਰੈਲ 1526 ਈਸਵੀ ਨੂੰ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾ ਕੇ ਹਿੰਦੁਸਤਾਨ ਦਾ ਰਾਜ ਹਾਸਲ ਕੀਤਾ। 26 ਦਸੰਬਰ 1530 ਈਸਵੀ ਨੂੰ ਉਸ ਦੀ ਆਗਰੇ ਵਿਖੇ ਮੌਤ ਹੋ ਗਈ। ਉਸ ਪਿੱਛੋਂ ਉਸਦਾ ਵੱਡਾ ਪੁੱਤਰ ਹਿਮਾਯੂ ਬਾਦਸ਼ਾਹ ਬਣਿਆ। 17 ਮਈ 1540 ਈਸਵੀ ਨੂੰ ਇਬਰਾਹਿਮ ਲੋਧੀ ਅਤੇ ਇੱਕ ਜਰਨੈਲ ਹਸਨ ਖਾਨ ਦਾ ਪੁੱਤਰ ਸ਼ੇਰ ਖਾਨ ਨੇ ਕਨੌਜ ਦੇ ਮੁਕਾਮ ਉੱਤੇ ਹਿਮਾਯੂ ਨੂੰ ਬੜੀ ਭਾਰੀ ਹਾਰ ਦਿੱਤੀ ਅਤੇ ਆਪ ਹਿੰਦੁਸਤਾਨ ਦਾ ਬਾਦਸ਼ਾਹ ਬਣ ਬੈਠਿਆ। ਹਿਮਾਯੂ ਆਪਣੀ ਜਾਨ ਬਚਾਉਣ ਲਈ ਆਗਰੇ ਤੋਂ ਬਾਹਰ ਵੱਲ ਭੱਜ ਤੁਰਿਆ। ਹਿਮਾਯੂ ਵਜ਼ੀਰ ਖਾਨ ਨੂੰ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਸਥਾਨ ਖਡੂਰ ਵਿਖੇ ਜਾ ਪਹੁੰਚਿਆ। ਉਸ ਸਮੇਂ ਗੁਰੂ ਜੀ ਬੱਚਿਆਂ ਨੂੰ ਪੜ੍ਹਾ ਰਹੇ ਸਨ ਅਤੇ ਉਹਨਾਂ ਨੇ ਹਿਮਾਯੂ ਵੱਲ ਕੋਈ ਖਾਸ ਧਿਆਨ ਨਾ ਦਿੱਤਾ। ਹਿਮਾਯੂ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ। ਉਸਨੇ ਇਹ ਸੋਚਿਆ ਕਿ ਉਹ ਗੁਰੂ ਜੀ ਨੂੰ ਕਤਲ ਕਰ ਦੇਵੇਗਾ। ਹਿਮਾਯੂ ਨੇ ਜਦ ਆਪਣੀ ਤਲਵਾਰ ਮਿਆਨ ਵਿੱਚੋਂ ਕੱਢੀ ਤਾਂ ਗੁਰੂ ਜੀ ਨੇ ਕਿਹਾ, ਹਿਮਾਯੂ ਇਹ ਤੇਰੀ ਤਲਵਾਰ ਉਦੋਂ ਕਿੱਥੇ ਸੀ ਜਦੋਂ ਤੂੰ ਸ਼ੇਰ ਖਾਂ ਪਾਸੋਂ ਹਾਰ ਕੇ ਭੱਜ ਤੁਰਿਆ। ਹੁਣ ਤੂੰ ਫਕੀਰਾਂ ਉੱਪਰ ਤਲਵਾਰ ਚਲਾ ਕੇ ਆਪਣੀ ਬਹਾਦਰੀ ਦਿਖਾ ਰਿਹਾ। ਜਦੋਂ ਤੂੰ ਉਸ ਪਾਸੋਂ ਡਰ ਕੇ ਭੱਜ ਰਿਹਾ ਸੀ ਤਾਂ ਉਦੋਂ ਸ਼ੇਰ ਖਾਂ ਨੂੰ ਇਹ ਤਲਵਾਰ ਕਿਉਂ ਨਾ ਦਿਖਾਈ?
ਗੁਰੂ ਜੀ ਪਾਸੋਂ ਸੱਚੀਆਂ ਸੁੱਚੀਆਂ ਸੁਣ ਕੇ ਹਿਮਾਯੂ ਬਹੁਤ ਸ਼ਰਮਿੰਦਾ ਹੋਇਆ। ਉਸਨੇ ਹੱਥ ਜੋੜ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ, ਮੇਰੇ ਕੋਲੋਂ ਭੁੱਲ ਹੋ ਗਈ ਹੈ, ਤੁਸੀਂ ਖੁਦਾ ਦਾ ਰੂਪ ਹੋ ਅਤੇ ਮੈਨੂੰ ਮਾਫ਼ ਕਰ ਦਿਓ। 15 ਸਾਲਾਂ ਪਿੱਛੋਂ 22 ਜੂਨ 1555 ਨੂੰ ਹਿਮਾਯੂ ਫਿਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਇਸ ਸਾਖੀ ਤੋਂ ਅਸੀਂ ਜਾਣਿਆ ਹੈ ਕਿ ਰੱਬ ਦੇ ਭਗਤ ਸੱਚ ਕਹਿਣ ਲੱਗਿਆਂ ਕਿਸੇ ਰਾਜੇ ਜਾਂ ਵੱਡੇ ਬੰਦੇ ਦੀ ਪਰਵਾਹ ਨਹੀਂ ਕਰਦੇ। ਪਰ ਅੱਜ ਸਿਆਸਤ ਤਾਂ ਆਮ ਜਨਤਾ ਨੂੰ ਬਹੁਤ ਲੁੱਟ ਰਹੀ ਹੈ ਅਤੇ ਸਿੱਖੀ ਦਾ ਨੁਕਸਾਨ ਕਰ ਰਹੀ ਹੈ, ਪਰ ਕੋਈ ਸੰਤ ਜਾਂ ਡੇਰੇਦਾਰ ਉਹਨਾਂ ਦੇ ਖਿਲਾਫ ਨਹੀਂ ਖੜਾ ਹੁੰਦਾ। ਉਲਟਾ ਸਿਆਸੀ ਲੋਕਾਂ ਨਾਲ ਰਲ ਕੇ ਉਹਨਾਂ ਦਾ ਰੋਬ ਵਧਾਉਂਦੇ ਨੇ। ਐਸੇ ਸੰਤ ਅਤੇ ਠੇਕੇਦਾਰਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ। ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਉਹ ਇਲਾਕਾ ਜਿੱਥੇ ਗੋਇੰਦਵਾਲ ਨਗਰ ਹੈ ਬਿਲਕੁਲ ਬੰਜਰ ਸੀ। ਉਸ ਜ਼ਮੀਨ ਦਾ ਮਾਲਕ ਗੋਬਿੰਦ ਖੱਤਰੀ ਸੀ। ਉਸਨੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਉਸ ਜ਼ਮੀਨ 'ਤੇ ਪਿੰਡ ਵਸਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ। ਉਸਦੇ ਸ਼ਰੀਕਾਂ ਨੇ ਤਾਂ ਉਸਨੂੰ ਉਸ ਜਗ੍ਹਾ ਇੱਕ ਘਰ ਤੱਕ ਨਾ ਬਣਾਉਣ ਦਿੱਤਾ। ਜਦੋਂ ਗੋਬਿੰਦਾ ਘਰ ਦੀ ਕੰਧ ਉਸਾਰਦਾ ਤਾਂ ਉਹ ਰਾਤ ਨੂੰ ਬਦਮਾਸ਼ਾਂ ਨੂੰ ਲਿਆ ਕੇ ਉਸ ਦੀਆਂ ਕੰਧਾਂ ਢਾਹ ਜਾਂਦੇ ਅਤੇ ਸਭ ਕੁਝ ਉਜੜ ਜਾਂਦਾ। ਉਸਦੇ ਸ਼ਰੀਕਾਂ ਨੇ ਪਿੰਡ ਵਿੱਚ ਮਸ਼ਹੂਰ ਕੀਤਾ ਹੋਇਆ ਸੀ ਕਿ ਗੋਬਿੰਦੇ ਦੀਆਂ ਕੰਧਾਂ ਰਾਤ ਨੂੰ ਭੂਤ ਆ ਕੇ ਢਾਹ ਜਾਂਦੇ ਹਨ। ਗੋਬਿੰਦੇ ਨੇ ਤੰਗ ਆ ਕੇ ਗੁਰੂ ਜੀ ਪਾਸ ਖਡੂਰ ਜਾ ਕੇ ਬੇਨਤੀ ਕੀਤੀ ਅਤੇ ਕਿਹਾ ਕਿ ਗੁਰੂ ਜੀ, ਮੈਂ ਆਪਣੀ ਜ਼ਮੀਨ 'ਤੇ ਪਿੰਡ ਵਸਾਉਣ ਦੀ ਬੜੀ ਕੋਸ਼ਿਸ਼ ਕਰ ਚੁੱਕਾ ਹਾਂ, ਪਰ ਮੇਰੇ ਸ਼ਰੀਕ ਮੇਰੇ ਦਿਲ ਦੀ ਖੁਆਇਸ਼ ਪੂਰੀ ਨਹੀਂ ਹੋਣ ਦਿੰਦੇ। ਆਪ ਕਿਰਪਾ ਕਰਕੇ ਮੇਰੀ ਮਦਦ ਕਰੋ। ਗੁਰੂ ਜੀ ਨੇ ਗੋਬਿੰਦੇ ਦੀ ਬੇਨਤੀ ਪ੍ਰਵਾਨ ਕਰਕੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਬੁਲਾ ਕੇ ਨਾਲ ਜਾਣ ਲਈ ਪੁੱਛਿਆ। ਗੁਰੂ ਅਮਰਦਾਸ ਜੀ ਉਸ ਸਮੇਂ 73 ਸਾਲ ਦੇ ਬਜ਼ੁਰਗ ਸੀ। ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦਾ ਹੁਕਮ ਮੰਨ ਕੇ ਗੋਬਿੰਦੇ ਦੇ ਨਾਲ ਚੱਲ ਪਏ। ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਨਵਾਂ ਨਗਰ ਵਸਾਇਆ ਜਾਣ ਲੱਗ ਪਿਆ। ਸਿੱਖ ਸੰਗਤਾਂ ਸੇਵਾ ਦੀ ਭਾਵਨਾ ਨਾਲ ਪਿੰਡ ਦੀ ਉਸਾਰੀ ਵਿੱਚ ਹਿੱਸਾ ਪਾਉਣ ਲੱਗੀਆਂ। ਜਿਵੇਂ ਜਿਵੇਂ ਗੁਰੂ ਅਮਰਦਾਸ ਜੀ ਗੋਬਿੰਦੇ ਨੂੰ ਕਹਿੰਦੇ ਗਏ, ਉਸ ਤਰ੍ਹਾਂ ਹੀ ਉਹ ਮਜ਼ਦੂਰਾਂ ਤੋਂ ਪਿੰਡ ਦੀ ਉਸਾਰੀ ਕਰਵਾਉਂਦਾ ਰਿਹਾ। ਸਿੱਖ ਸੰਗਤ ਨੂੰ ਪਿੰਡ ਦੀ ਉਸਾਰੀ ਕਰਦੇ ਦੇਖ ਗੋਬਿੰਦੇ ਦੇ ਸ਼ਰੀਕਾਂ ਦੀ ਹਿੰਮਤ ਨਾ ਪਈ ਕਿ ਉਹ ਪਹਿਲਾਂ ਵਾਂਗ ਪਿੰਡ ਦੀ ਉਸਾਰੀ ਵਿੱਚ ਕੋਈ ਵਿਘਨ ਪਾਉਣ। ਸਗੋਂ ਉਹਨਾਂ ਨੇ ਆ ਕੇ ਸਿੱਖਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਬੜੀ ਸ਼ਾਨਦਾਰ ਧਰਮਸ਼ਾਲਾ ਅਤੇ ਮਕਾਨ ਬਣਾਏ ਜਾਣ ਪਿੱਛੋਂ ਗੁਰੂ ਅਮਰਦਾਸ ਜੀ ਖਡੂਰ ਵਿਖੇ ਗੁਰੂ ਅੰਗਦ ਦੇਵ ਜੀ ਨੂੰ ਦੱਸਣ ਲਈ ਚੱਲ ਗਏ। ਇਸ 'ਤੇ ਗੁਰੂ ਜੀ ਨੇ ਨਵੇਂ ਪਿੰਡ ਦਾ ਨਾਮ ਗੋਬਿੰਦਵਾਲ ਰੱਖਿਆ। ਗੁਰੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਉਹ ਆਪਣਾ ਪੂਰਾ ਪਰਿਵਾਰ ਲੈ ਕੇ ਬਾਸਰਕੇ ਤੋਂ ਗੋਬਿੰਦਵਾਲ ਲੈ ਆਉਣ ਅਤੇ ਗੋਬਿੰਦਵਾਲ ਵਿਖੇ ਸਿੱਖਾਂ ਦਾ ਪ੍ਰਚਾਰ ਕਰਨ। ਅੱਗੋਂ ਚੱਲ ਕੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਯੋਗ ਜਾਣ ਕੇ ਗੁਰਗੱਦੀ ਸੌਂਪਣ ਦਾ ਫੈਸਲਾ ਕਰ ਲਿਆ।